ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖੋ ਪਿਆਰਿਓ, ਤੁਹਾਨੂੰ ਸ਼੍ਰੀ ਮਾਨ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਸਭਰਾਵਾਂ ਵਾਲੇ, ਜੋ ਗੁਰਮਤਿ ਵਿਦਿਆਲਾ ਪਿੰਡ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਭਰਾ ਚਲਾ ਰਹੇ ਨੇ, ਉਹਨਾਂ ਮਹਾਂਪੁਰਖਾਂ ਵੱਲੋਂ ਇਸ ਵਿਦਿਆਲੇ ਨੂੰ ਅਗਾਂਹ ਵਧਾਉਂਦਿਆਂ ਹੋਇਆਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਨਗਰ ਪੱਧਰੀ ਵਿਖੇ, ਜੋ ਸਿੰਘਾਂ ਦੀ ਰਿਹਾਇਸ਼ ਵਾਸਤੇ ਇਹ ਕਮਰੇ ਬਿਆਨ ਬਣਾਏ ਗਏ ਨੇ, ਕਿੰਨੇ ਸੁੰਦਰ ਨੇ ਔਰ ਹਰਿਆਵਲਤਾ ਨੂੰ ਕਿੰਨਾ ਮੁੱਖ ਰੱਖਿਆ ਗਿਆ ਹੈ। ਆਓ ਤੁਹਾਨੂੰ ਇੱਕ ਦ੍ਰਿਸ਼ ਦੇ ਪ੍ਰਤੀ ਵਿਖਾਉਂਦੇ। ਆਹ ਵੇਖੋ ਜੀ, ਇਹ ਸਿੰਘਾਂ ਦੀ ਰਿਹਾਇਸ਼ ਵਾਸਤੇ ਨਾਲ ਕਮਰੇ ਬਣਾਏ ਗਏ ਨੇ, ਸਾਈਡਾਂ 'ਤੇ ਵੀ ਬਹੁਤ ਸੁੰਦਰ। ਔਰ ਵੱਡੀ ਗੱਲ ਜਿਹੜੀ ਮੈਂ ਆਪ ਜੀ ਨੂੰ ਵਿਖਾਉਣੀ ਚਾਹੁੰਦਾ ਵਾਂ ਕਿ ਫਲਦਾਰ ਬੂਟੇ ਜਿਹੜੇ ਨੇ ਔਰ ਕਿਸ ਢੰਗ ਦੇ ਨਾਲ ਹਰਿਆਵਲਤਾ ਜਿਹੜੀ ਹੈ ਉਹਨੂੰ ਮੁੱਖ ਰੱਖਿਆ ਗਿਆ ਹੈ। ਇਕੱਲਾ ਕਾਰ ਸੇਵਾ ਹੀ ਨਹੀਂ, ਭਾਵ ਕਿ ਇਹ ਮਹਾਂਪੁਰਖ ਇਕੱਲੇ ਬਿਲਡਿੰਗਾਂ ਹੀ ਨਹੀਂ ਗੁਰਦੁਆਰਿਆਂ ਦੀਆਂ ਬਣਾ ਰਹੇ, ਇਸ ਦੇ ਨਾਲ ਨਾਲ ਸ਼੍ਰੀ ਮਾਨ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਦੀ ਸਭਰਾਵਾਂ ਵਾਲੇ ਗੁਰਮਤਿ ਦੀ ਵਿੱਦਿਆ, ਬਹੁਤ ਉੱਚ ਵਿੱਦਿਆ ਵਿਦਿਆਰਥੀਆਂ ਨੂੰ ਦੇ ਰਹੇ ਨੇ। ਜਿੱਥੇ ਇਹ ਵਿੱਦਿਆ ਦਿੱਤੀ ਜਾਂਦੀ ਹੈ ਉੱਥੇ ਨਾਲ ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਸਤੇ ਆਕਸੀਜਨ ਸਾਡੀ ਵਧੀਆ ਹੋਵੇ, ਇਹ ਬਹੁਤ ਸੁੰਦਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਨਾਨਾ ਪ੍ਰਕਾਰ ਦੇ ਪੌਦੇ ਮਹਾਂਪੁਰਖਾਂ ਨੇ ਇੱਥੇ ਵੀ ਲਾਏ ਹੋਏ ਨੇ। ਇਹ ਮੈਂ ਸਿਰਫ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾ ਰਿਹਾ ਹੈ ਜੀ, ਅੰਦਰ ਦਾ, ਬਾਹਰ ਕਿਸ ਪ੍ਰਕਾਰ ਮਹਾਂਪੁਰਖਾਂ ਨੇ ਸਾਰਾ ਕੁਛ ਕੀਤਾ ਹੋਇਆ ਇਹ ਫਿਰ ਕਿਸੇ ਦਿਨ ਦਿਖਾਵਾਂਗੇ। ਬਹੁਤ ਹੀ ਸੁੰਦਰ ਢੰਗ ਦੇ ਨਾਲ ਇਹ ਸਾਰਾ ਕੁਛ ਕੀਤਾ ਹੈ। ਮੇਰਾ ਮਨ ਚਾਹੁੰਦਾ ਹੈ ਕਿ ਹਰ ਥਾਂ 'ਤੇ ਜਿੱਥੇ ਜਿੱਥੇ ਵੀ ਕਾਰ ਸੇਵਾਵਾਂ ਹੋ ਰਹੀਆਂ ਨੇ ਇਸੇ ਢੰਗ ਦੇ ਨਾਲ ਜਿਵੇਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਮਹਾਂਪੁਰਖ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਸਭਰਾਵਾਂ ਵਾਲਿਆਂ ਦਾ ਇਹ ਬਹੁਤ ਸੁੰਦਰ ਸੋਹਣਾ ਅਤੇ ਯੋਗ ਉਪਰਾਲਾ ਹੈ। ਦਾਸ ਨੇ ਵੀ ਇਹਨਾਂ ਮਹਾਂਪੁਰਖਾਂ ਕੋਲ ਰਹਿ ਕੇ ਵਿੱਦਿਆ ਪ੍ਰਾਪਤ ਕੀਤੀ ਆ। ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਉਹਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।